ਚੋਣ ਕਮਿਸ਼ਨ ਨੇ ਕਿਹਾ ਹੈ ਕਿ ਆਮ ਚੋਣਾਂ ਦੇ ਐਲਾਨ ਤੋਂ ਬਾਅਦ ਸਿਰਫ 20 ਦਿਨਾਂ ਵਿੱਚ ਸੁਵਿਧਾ ਪੋਰਟਲ ਤੇ 73000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਨੇ ਚੋਣ ਪ੍ਰਚਾਰ ਦੇ ਸਮੇਂ ਦੀ ਮਹੱਤਤਾ ਨੂੰ ਸਮਝਦੇ ਹੋਏ ਪਾਰਟੀਆਂ ਤੇ ਉਮੀਦਵਾਰ ਵੋਟਰਾਂ ਤੱਕ ਪਹੁੰਚਣ ਲਈ ਸਰਗਰਮੀਆਂ ਵਿੱਚ ਰੁੱਝੇ ਹੋਏ ਨੇ ਸੁਵਿਧਾ ਪੋਰਟਲ ਫਰਸਟ ਇਨ ਫਰਸਟ ਆਊਟ ਸਿਧਾਂਤ ਤੇ ਪਾਰਦਰਸ਼ੀ ਢੰਗ ਨਾਲ ਇਜਾਜ਼ਤ ਅਤੇ ਬੇਨਤੀਆਂ ਦੀਆਂ ਵੱਖ-ਵੱਖ ਸ਼੍ਰੇਣੀਆਂ ਨੂੰ ਪੂਰਾ ਕਰਦਾ ਹੈ ਇਹ ਰੈਲੀਆਂ ਦੀ ਮਨਜ਼ੂਰੀ, ਆਰਜੀ ਪਾਰਟੀ ਦਫ਼ਤਰ ਖੋਲਣ, ਘਰ ਘਰ ਪ੍ਰਚਾਰ ਕਰਨ, ਵੀਡੀਓ ਵੈਨਾ, ਹੈਲੀਕਾਪਟਰਾਂ, ਵਾਹਨ ਪਰਮਿਟ ਪ੍ਰਾਪਤਕਰਨ ਅਤੇ ਪੈਂਫਲਟ ਵੰਡਣ ਲਈ ਮਨਜ਼ੂਰੀਆਂ ਦੀ ਪੂਰਤੀ ਕਰਦਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ 44600 ਤੋਂ ਵੱਧ ਬੇਨਤੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਫਰਸਟ ਇਨ ਫਰਸਟ ਆਊਟ ਸਿਧਾਂਤ ਪਾਰਟੀਆਂ ਅਤੇ ਉਮੀਦਵਾਰਾਂ ਲਈ ਬਰਾਬਰੀ ਯਕੀਨੀ ਬਣਾ ਰਿਹਾ ਹੈ। ਸੁਵਿਧਾ ਪੋਰਟਲ ਚੋਣ ਪ੍ਰਬੰਧਨ ਵਿੱਚ ਪਾਰਦਰਸ਼ਤਾ ਨੂੰ ਵੇ ਉਤਸ਼ਾਹਿਤ ਕਰਦਾ ਹੈ ਸੁਵਿਧਾ ਪੋਰਟਲ ਰਾਹੀਂ ਸਿਆਸੀ ਪਾਰਟੀਆਂ ਤੇ ਉਮੀਦਵਾਰ ਕਿਸੇ ਵੀ ਸਮੇਂ ਅਤੇ ਕਿਤੇ ਵੀ ਆਨਲਾਈਨ ਮਨਜ਼ੂਰੀਆਂ ਲਈ ਬੇਨਤੀਆਂ ਨੂੰ ਸਹਿਜੇ ਜਮ੍ਹਾਂ ਕਰ ਸਕਦੇ ਨੇ ਇਸ ਤੋਂ ਇਲਾਵਾ ਆਫਲਾਈਨ ਬੇਨਤੀਆਂ ਦਾ ਬਦਲ ਵੀ ਉਪਲਬਧ ਹੈ